شيخ. كيف الحال؟ يا شيخ زين. الحمد لله. كيف الصحة؟ رب العالمين. كيف الحال انت زين؟ تمام ما شاء الله. والله شو زين جبار. مامو بيبي الحمد لله برافو. كيف انت زين؟ الحمد لله. ما فيك سلامة؟ الحمد لله ما فيك سلامة ما شاء الله. ثانك يو بوس. Welcome to Zanzibar Hakuna Matata Bana. Apa Zanzibar kama Pakistani mashallah. Wala ana raha sana. Yama. مياي؟ الو هذا اللحم هو اقول لحم ما اللحم المبوزي يعني ياما وريد ياما ميت ميت ها ياما ياما ميت اتس نو ميت اي ثينك اتس فيجيتابل ذس اور ميت اه ياما از ميت يا السلام علیکم جی کی حال ہے ٹھیک ٹھاک ہو امید کرتا ٹھیک ہوں گے ਤੁਸੀਂ ਵੇਖ ਲਓ ਸਮਾਈਲ ਵਲੌਗ ਤੁਹਾਡੇ ਨਾਲ ਮੁਖਾਤਬ ਹੈ ਮੁਹੰਮਦ ਨਈਮ ਚੌਹਾਨ ਹਾਏ ਹਾਏ ਬੜਾ ਪਿਆਰਾ ਮੌਸਮ ਹੈ ਬਾਹਰ ਅੱਜ ਆਪਾਂ ਜਾ ਰਹੇ ਹਾਂ ਬਾਬਾ ਜੀ ਸਮੁੰਦਰ ਤੇ ਅਹਿਮਦ ਮੇਰੇ ਰਬਾਬ ਦਾ ਮੁੰਡਾ ਉਹਨੂੰ ਮਿਲਣ ਵਾਸਤੇ ਇਨਸ਼ਾਅੱਲਾ ਤੁਹਾਨੂੰ ਪੂਰਾ ਵਿਊ ਵਿਖਾਵਾਂਗੇ ਬੜਾ ਪਿਆਰਾ ਮੌਸਮ ਹੈ ਅਤੇ ਬੜਾ ਹੀ ਪਿਆਰਾ ਵਿਊ ਉੱਥੇ ਅੱਛਾ ਡਰੋਨ ਕੈਮਰੇ ਨਾਲ ਵੀ ਤੁਹਾਨੂੰ ਇੱਕ ਸੀਨ ਵਿਖਾਵਾਂਗੇ ਇਨਸ਼ਾਅੱਲਾ ਅਤੇ ਸਾਡੇ ਚੈਨਲ ਨੂੰ ਜਿਨ੍ਹਾਂ ਨੇ ਸਬਸਕ੍ਰਾਈਬ ਨਹੀਂ ਨਾ ਕੀਤਾ ਸਬਸਕ੍ਰਾਈਬ ਕਰ ਲਓ ਹੁਣ ਮੈਂ ਲੱਗਾ ਨਹਾਉਣ ਫਰੈਸ਼ ਹੋਣ ਲੱਗਾ ਵਾਂ ਇਹ ਤੁਹਾਨੂੰ ਪਤਾ ਲਾਚਾ ਇਹ ਲਿਆ ਉੱਤੇ ਆਪਾਂ ਹੁਣ ਨਹਾਉਣਾ ਵਾ ਡਰੈਸ ਆਪਣਾ ਵੇਖ ਲਓ ਇਹ ਬਲੈਕ ਸ਼ਰਟ ਅਤੇ ਬਲੈਕ ਟਰੋਜ਼ਰ ਇਹ ਆਪਾਂ ਲਾਤਾ ਠੀਕ ਹੈ ਨਾ ਅਤੇ ਅੱਲਾ ਖੈਰ ਰੱਖੇ ਇਹ ਫਾਇਜ਼ਾ ਕਰੀਮਾਂ ਤੁਸੀਂ ਵੇਖ ਰਹੇ ਹੋਵੋਗੇ ਇਹ ਲਿਆਂਦੀਆਂ ਨੇ ਮੇਰਾ ਦੋਸਤ ਇੱਕ ਰਾਸ਼ਦ ਇਹ ਉਹਨੂੰ ਦੇਣੀਆਂ ਨੇ ਠੀਕ ਹੈ ਨਾ ਉਹ ਫਾਇਜ਼ਾ ਕਰੀਮਾਂ ਦਾ ਪਰ ਹੈ ਤਾਂ ਗਰੀਬ ਕਾਲਾ ਉਹਨੇ ਚਿੱਟਾ ਤਾਂ ਨਹੀਂ ਹੋਣਾ ਇਹ ਦੋ ਦੇਣੀਆਂ ਨੇ ਕਰੀਮਾਂ ਉਹਨੂੰ ਇਹ ਪਾਕਿਸਤਾਨੋਂ ਬੰਦਾ ਆਇਆ ਸੀ ਇੱਕ ਜਿਹਨੂੰ ਮੈਂ ਵੀਜ਼ਾ ਦਿੱਤਾ ਸੀ ਉਹ ਲੈ ਕੇ ਆਇਆ ਸੀ ਇਹ ਰਾਸ਼ਦ ਨੂੰ ਗਿਫਟ ਕਰਨੀਆਂ ਕਿਉਂਕਿ ਉਹ ਹੈਗਾ ਦਾਰਿਸਲਾਮ ਕੱਲ੍ਹ ਅਸੀਂ ਦਾਰਿਸਲਾਮ ਜਾਣਾ ਇਨਸ਼ਾਅੱਲਾ ਠੀਕ ਹੈ ਨਾ ਅਤੇ ਨਾਲ ਬੈਡਰੂਮ ਵੇਟ ਵੀ ਦੋ ਇਹ ਵੀ ਉਹਨੂੰ ਦੇਣੀਆਂ ਨੇ ਠੀਕ ਬਾਕੀ ਅੱਲਾ ਪਾਕ ਖੈਰ ਰੱਖੇ ਇਨਸ਼ਾਅੱਲਾ ਹੁਣੇ ਆ ਤਿਆਰ ਨਹਾ ਨੂੰ ਲਈਏ ਫਰੈਸ਼ ਹੋ ਲਈਏ ਤੁਹਾਨੂੰ ਬਾਹਰ ਦਾ ਵਿਊ ਵਿਖਾਉਂਦੇ ਹਾਏ 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 ਯਕੀਨ ਕਰੋ ਕਿਆ ਵਿਊ ਹੈ ਮੱਠੀ ਮੱਠੀ ਬਾਰਿਸ਼ ਮੱਠੀ ਮੱਠੀ ਬਾਰਿਸ਼ ਹੋ ਰਹੀ ਹੈ ਕਿਆ ਵਿਊ ਹੈ ਮਾਸ਼ਾਅੱਲਾ ਅੱਲਾ ਪਾਕ ਦੀ ਰਹਿਮਤ ਮਾਸ਼ਾਅੱਲਾ ਅੱਲਾ ਆਖਰੀ ਦਿਨ ਕੱਲ੍ਹ ਮੈਂ ਇਨਸ਼ਾਅੱਲਾ ਚਲਾ ਜਾਣਾ ਦਾਰਿਸਲਾਮ ਚੱਲਦੇ ਹੁਣ ਇਨਸ਼ਾਅੱਲਾ ਨਹਾ ਨੂੰ ਲਈਏ ਫਰੈਸ਼ ਹੋ ਲਈਏ ਬਾਅਦ 'ਚ ਮਿਲਦੇ ਇਨਸ਼ਾਅੱਲਾ ਰੈਡੀ ਹੋ ਗਏ ਤੁਹਾਨੂੰ ਇਨਸ਼ਾਅੱਲਾ ਹਾਏ 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 ਯਕੀਨ ਕਰੋ ਠੰਡ ਬਹੁਤ ਹੈ ਨਹਾ ਲਿਆ ਅਲਹਮਦੁਲਿਲਾ ਡਰੈਸਿੰਗ ਚੈੱਕ ਕਰ ਲਓ ਤੁਸੀਂ ਆਪੇ ਹੀ ਹੈ ਵੀ ਆਈ ਪੀ ਡਰੈਸਿੰਗ ਯਾਰ ਮੈਂ ਜ਼ਿੰਦਗੀ 'ਚ ਪਹਿਲੀ ਵਾਰੀ ਟਰੋਜ਼ਰ ਸ਼ਰਟ ਪਾਏ ਨੇ ਕਿਉਂਕਿ ਇੱਥੇ ਫਿਰ ਇਹਨਾਂ ਦੇ ਕਲਚਰ ਦੇ ਹਿਸਾਬ ਨਾਲ ਚੱਲਣਾ ਪੈਂਦਾ ਲੇਕਿਨ ਕੱਲ੍ਹ ਮੈਂ ਪਾਕਿਸਤਾਨੀ ਜਾਂ ਪਰਸੋਂ ਕੱਲ੍ਹ ਪਰਸੋਂ ਮੈਂ ਪਾਕਿਸਤਾਨੀ ਡਰੈਸ ਪਾਉਣਾ ਉਸ ਤੋਂ ਬਾਅਦ ਜਦੋਂ ਮੈਂ ਵਾਪਸ ਜਾਣਾ ਓਮਾਨ ਮੈਂ ਪਾਕਿਸਤਾਨੀ ਹਾਏ 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 ਇਹ ਕਾਟਨ ਦਾ ਬਾਬਾ ਜੀ ਬਿਲੂ ਸੂਟ ਪਾ ਕੇ ਜਾਣਾ ਮੈਂ ਬਿਲੂ ਸੂਟ ਇਨਸ਼ਾਅੱਲਾ ਇੱਥੇ ਵੀ ਪਾਵਾਂਗਾ ਦੋ ਦਿਨ ਇੱਥੇ ਵੀ ਸੂਟ ਪਾਉਣੇ ਨੇ ਦੋ ਦਿਨ ਇਨਸ਼ਾਅੱਲਾ ਅੱਲਾ ਖੈਰ ਕੇ ਹੁਣ ਚੱਲਦੇ ਹਾਂ ਸ਼ੂਜ਼ ਕੱਸ ਲੈਣੇ ਹੁਣ ਚੱਲਦੇ ਨੇ ਫੁੱਲ ਬਲੈਕ ਬਲੈਕ ਸ਼ੂਜ਼ ਬਲੈਕ ਹੀ ਮੈਂ ਬਲੈਕ ਹੀ ਸ਼ਰਟ ਬਲੈਕ ਹੀ ਟਰੋਜ਼ਰ ਇਨਸ਼ਾਅੱਲਾ ਹੁਣ ਚੱਲਦੇ ਹਾਂ ਬਾਹਰ ਸਭ ਤੋਂ ਪਹਿਲੇ ਭੁੱਖ ਲੱਗੀ ਬਹੁਤ ਜ਼ਿਆਦਾ ਨਾਸ਼ਤਾ ਕਰ ਲਈਏ ਮਾੜਾ ਚੰਗਾ ਸਮਝਿਆ ਕਰੋ ਇੱਥੇ ਲੱਭਣੀ ਉਹ ਹੀ ਪਰਾਂਠਾ ਹੀ ਲੱਭਣਾ ਇੱਥੇ ਕੋਈ ਨਹੀਂ ਚਪਾਤੀ ਜਿਵੇਂ ਲੱਭਦੀ ਨਾ ਕੋਈ ਸਬਜ਼ੀ ਲੱਭਦੀ ਇੱਥੇ ਸਿਰਫ ਸਿੱਖਾਂ ਕੱਲੀਆਂ ਸਿੱਖ ਮੈਂ ਨਾ ਇੱਥੇ ਆਲੂ ਅਰਬੀ ਵੇਖੀ ਨਾ ਇੱਥੇ ਬਤਾਊਂ ਵੇਖੇ ਨਾ ਆਲੂ ਅਰਬੀ ਵੇਖੀ ਨਾ ਭਿੰਡੀ ਵੇਖੀ ਨਾ ਗਾਜਰਾਂ ਵੇਖੀਆਂ ਨਾ ਮੂਲੀਆਂ ਵੇਖੀਆਂ
ਸਿਰਫ ਇੱਥੇ ਆਲੂ ਅਤੇ ਬਤਾਊ ਪਰ ਵੇਖ ਤੇ ਅੱਜ ਅੱਜ ਦਿਨੇ ਬਰਿਆਨੀ ਖਾਵਾਂਗੇ ਹੁਣ ਜਾ ਕੇ ਕੋਈ ਚਾਹ ਨਾਲ ਕੇਕ ਕੋਈ ਖਾ ਖੂ ਲੈਂਦੇ ਹਾਂ ਠੀਕ ਹੈ ਚਲੋ ਚਲੀ ਅੱਲਾ ਖੈਰ ਉਹ ਇਹਦਾ ਛੱਟਾ ਲਾਉਣਾ ਭੁੱਲ ਗਿਆ ਸੀ ਭਾਈ ਜਾਣ ਆਏ ਹਾਏ ਹਾਏ ਬਰੁਟ ਮੇਡ ਇਨ ਫਰਾਂਸ ਪੈਰਿਸ ਹਾਂ ਪੈਰਿਸ ਹਾਂ ਪੈਰਿਸ 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 ਬਾਬਾ ਜੀ ਬਣਦੇ ਕੀ ਪਤਾ ਪਾਕਿਸਤਾਨ ਸਾਹੀਵਾਲ ਬਣਦੇ ਪਏ ਹੁਣ ਚੱਲਦੇ ਹਾਂ ਅੱਲਾ ਖੈਰ ਨਾਸ਼ਤਾ ਕਰਦੇ ਚਲੋ ਬਾਰਿਸ਼ ਹੋ ਰਹੀ ਹੈ ਜੀ ਚੈੱਕ ਕਰੋ ਕਿਸਾ ਬਣਿਆ ਹੋਇਆ ਸਿਸਟਮ ਹੈ ਹੋਟਲ 'ਤੇ ਪਹੁੰਚੇ ਇੱਥੇ ਨਾਸ਼ਤਾ ਕਰਨ ਵਾਸਤੇ ਇੱਥੇ ਉਹੀ ਕੱਲ੍ਹ ਵਾਲੀਆਂ ਚੀਜ਼ਾਂ ਪਈਆਂ ਨੇ ਬਾਕੀ ਬੱਲੇ ਤਾਂ ਮੁੰਡਾ ਸਿੰਧੀ ਨੀ ਨੱਚਾ ਹੈ ਮੋਜਾ ਐਲਫ ਨਾ ਹੀ ਉਹ ਮੋਜਾ ਹੀ ਲੈਣੀ ਨਹੀਂ ਐਗ ਮੋਜਾ ਬਾਬਾ ਜੀ ਇਹਨਾਂ ਨੇ ਬਣਾਇਆ ਸਿਸਟਮ ਨਾਸ਼ਤਾ ਕਰਨ ਵਾਸਤੇ ਬੁੜੀਆਂ ਇੱਥੇ ਕੰਮ ਕਰਦੀਆਂ ਨੇ ਆਪਣਾ ਹੋਟਲ ਚਲਾ ਰਹੀਆਂ ਨੇ ਨਾਸ਼ਤਾ ਕਰਦੇ ਅਤੇ ਫਿਰ ਨਿਕਲਦੇ ਇਨਸ਼ਾ ਅੱਲਾਹ ਹਾਂਜੀ ਚਾਹ ਆ ਗਈ ਆਪਣੀ ਨਾਲੇ ਮੰਡਾਸ ਅਤੇ ਆਂਡਾ ਵੀ ਆ ਰਿਹਾ ਚਾਹ ਪਹੁੰਚ ਗਈ ਆਪਣੀ ਲਓ ਜੀ ਦੋ ਮੰਡਾਸ ਆਂਡਾ ਨਾਲ ਚਾਹ ਨਾਲ ਪਾਣੀ ਇਹ ਨਾਸ਼ਤਾ ਕਰਦੇ ਹਾਂ ਕਰਕੇ ਇਨਸ਼ਾ ਅੱਲਾਹ ਨਿਕਲਦੇ ਹਾਂ ਅੱਲਾਹ ਖੈਰ ਜੀ ਅਲਹਮਦੁਲਿਲਾ ਬਿਸਮਿਲ੍ਲਾਹਿਰ ਰਹਿਮਾਨਿਰ ਰਹੀਮ ਚਾਏ ਮੰਡਾਸ ਨਾ ਆਂਡਾ ਇਹ ਅਲਹਮਦੁਲਿਲਾ ਨਾਸ਼ਤਾ ਕਰ ਲਿਆ ਆਪਾਂ ਹੁਣ ਇੱਥੇ ਗੱਡੀ ਆ ਰਹੀ ਹੈ ਗੱਡੀ ਵਾਲੇ ਨੂੰ ਕੀਤਾ ਫੋਨ ਗੱਡੀ ਆਉਂਦੀ ਸਭ ਤੋਂ ਪਹਿਲੇ ਤਾਂ ਜਾਣਾ ਆਪਾਂ ਫਿਰੋਜ਼ਪੁਰ ਜਿੱਥੇ ਕੱਲ੍ਹ ਗਿਆ ਸੀ ਉੱਥੇ ਜਾ ਕੇ ਸਭ ਤੋਂ ਪਹਿਲੇ ਟਿਕਟ ਕਰਾਉਣੀ ਹੈ ਦਾਰ ਇਸਲਾਮ ਦੀ ਕਿਉਂ ਕੱਲ੍ਹ ਐਨ ਟਾਈਮ 'ਤੇ ਟਿਕਟ ਨਹੀਂ ਲੱਭਦੀ ਬਾਕੀ ਗੱਡੀ ਇੱਥੇ ਆ ਰਹੀ ਇਨਸ਼ਾਅੱਲਾ ਮੇਰੇ ਹਿਸਾਬ 'ਚ ਉਹ ਆ ਰਿਹਾ ਜਾਂ ਹੋਰ ਕੋਈ ਹੋਣਾ ਜਿੱਦਾਂ ਹੀ ਆਉਂਦਾ ਇਨਸ਼ਾਅੱਲਾ ਵੇ ਮਜ਼ਦੂਰ ਵੀ ਲੱਗੇ ਹੋਏ ਨੇ ਕੰਮ 'ਤੇ ਤੜਾ ਤੜ ਬਾਬਾ ਜੀ ਕੰਮ ਕਰ ਰਹੇ ਨੇ ਤਬੂਕ ਬਣਾ ਰਹੇ ਨੇ ਤਬੂਕ ਹੈ ਜਾ ਕੇ ਤੁਹਾਨੂੰ ਵਿਖਾਉਂਦੇ ਇੱਥੇ ਸੂਰਤ ਹਾਲ ਵੇਖਲਾ ਤਬੂਕ ਬਣਾ ਬਣਾ ਇੱਥੇ ਰੱਖੀ ਜਾਂਦੇ ਨੇ ਮਤਰੂਸ ਨੇ ਮਾਸ਼ਾਅੱਲਾ ਹੈ ਇਹ ਵੀ ਬੜੀ ਮਿਹਨਤ ਕਰਦੇ ਨੇ ਯਾਰ ਵੇਖ ਨਾ ਉੱਧਰੋਂ ਭੱਜ ਭੱਜ ਕੇ ਲਈ ਆਉਂਦੇ ਨੇ ਲਿਆ ਕੇ ਇੱਥੇ ਰੱਖੀ ਜਾਂਦੇ ਨੇ ਵੇਖਲਾ ਸਾਈਕਲ 'ਤੇ ਲੱਕੜਾਂ ਲਾ ਕੇ ਲੈ ਕੇ ਜਾ ਰਿਹਾ ਮਿਹਨਤੀ ਬੰਦੇ ਨੇ ਮਿਹਨਤੀ ਹੈ ਉਹ ਜੀ ਗੱਡੀ ਆ ਗਈ ਆਪਣੀ ਅੱਲਾ ਖੈਰ ਰੱਖੇ ਸਲਾਮ ਅਲੈਕਮ ਬੀਬੀ ਹਾਲੀ ਜੋਬਾ ਸਲਾਮ ਨਹੀਂ ਮੀਨਾ ਟਕਾ ਨੇ ਡਾਕੁਆਂ ਜ਼ਾਇਲੇ ਵਾਪੀ ਜਾਨਾ ਜੀ ਅਲਹਮਦੁਲਿਲਾ ਚੱਲੇ ਹੁਣ ਸਭ ਤੋਂ ਪਹਿਲੇ ਟਿਕਟ ਲੈਂਦੇ ਇਹਦੇ ਨਾਲ ਗੱਲ ਮੁੱਕੀ ਹੈ 90,000 ਦੇ ਵਿੱਚ 90,000 ਦੇ ਅਲਫ ਤੀਸੀ ਨਹੀਂ ਹੈ ਬਸ 28 ਅਲਹਮਦੁਲਿਲਾ ਇਨਸ਼ਾਅੱਲਾ ਕੌਣ ਜਾ ਨਾ ਕੋਈਂਡਾ ਕੋ ਖਾਟਾ ਟਿਕਟ ਅਲਫ ਇਨਸ਼ਾਅੱਲਾ ਨਾ ਕੋਈਂਡਾ ਬੇਲੇ ਟਿਕਟ ਸ਼ਿੰਗਾ ਵੀ ਨਾ ਇਲੇ ਬੋਟੀਆ ਬਹਰੇਸਾ ਕਮੋ ਬੋਟੀਆ ਬਹਰੇਸਾ kama una ni Mtanzania inakuwa ni afadhali inakuwa 30,000 kwenye mie yani mgeni Pakistan mgeni mgeni gali ya gali kama 5,000 labda zaidi bas sawa tunzetu inshallah acha pahunch ke na utte ticket utte lene ticket leke te inshallah fir agge chalde hain haan ji itho leni hai ticket apan travel jaise ticket leke milde hain tuhanu ਜੀ ਅਲਹਮਦੁਲਿਲਾ ਟਿਕਟ ਲੈ ਲਈ ਇਹ ਲੱਭੀ ਬਹੁਤ ਮਹਿੰਗੀ ਹੈ $35 ਦੀ ਟਿਕਟ ਲੱਭੀ ਇੱਥੋਂ ਅਗਰ ਇਹ ਅਫਰੀਕੀ ਲੈਣ ਤਾਂ ਇਹਨਾਂ ਵਾਸਤੇ ਹੈਗੀ ਹੈ ਮੇਰੇ ਹਿਸਾਬ 'ਚ ਅੱਲਾ ਤੁਹਾਡਾ ਭਲਾ ਕਰੇ $10 ਦੀ ਜਿਹੜਾ ਬੰਦਾ ਬਾਹਰੋਂ ਆਉਂਦਾ ਕੋਈ ਵੀ ਯਾਨੀ ਵਿਜ਼ਿਟ 'ਤੇ ਉਹਦੇ ਵਾਸਤੇ $35 ਦੀ ਹੈ
ਇਹ ਵੈਸੇ ਜ਼ਿਆਦੀ ਇਹਨਾਂ ਦੀ। ਬਾਕੀ ਚਲੋ ਟਿਕਟ ਹੋ ਗਈ, ਕੰਮ ਕਲੀਅਰ ਹੋ ਗਿਆ। ਇਨਸ਼ਾਅੱਲਾ ਕੱਲ੍ਹ 9:30 ਆਪਾਂ ਦਾਰ ਇਸਲਾਮ ਜਾਣਾ। ਇਨਸ਼ਾਅੱਲਾ 9 ਪਹੁੰਚਣਾ ਵਾ, 9:30 ਸ਼ਿਪ ਨਿਕਲ ਜਾਣਾ। ਤੁਹਾਨੂੰ ਪੂਰਾ ਵਿਊ ਵਿਖਾਵਾਂਗੇ ਇਨਸ਼ਾਅੱਲਾ ਕੱਲ੍ਹ ਵਾਲੇ ਵਲੋਗ 'ਚ। ਹੁਣ ਚੱਲਦੇ ਹਾਂ ਸਿੱਧਾ ਅਹਿਮਦ ਨੂੰ ਜਿੱਥੇ ਮਿਲਣਾ ਆਪਾਂ ਜਾ ਕੇ। ਅੱਲਾ ਖੈਰ ਰੱਖੇ। ਪੰਜਾਬੀ ਲੱਭਦਾ ਨਚਕੋ ਮੁੰਡਾ ਸੰਘਾ ਪੇ ਸਾ ਸਾ, ਯਾਨੀ 1 ਘੰਟੇ 'ਚ ਇਨਸ਼ਾਅੱਲਾ ਪਹੁੰਚ ਜਾਣਾ ਜਿੱਥੇ ਅਸੀਂ ਚੱਲੇ ਹਾਂ। ਅੱਲਾ ਖੈਰ ਰੱਖੇ, ਮਿਲਦੇ ਹਾਂ ਪਹੁੰਚ ਗਏ ਇਨਸ਼ਾਅੱਲਾ ਤੁਹਾਨੂੰ। ਪੈਟਰੋਲ ਵੀ ਇੱਥੇ ਬੁੜੀਆਂ ਪਾਉਂਦੀਆਂ ਨੇ, ਵੇਖ ਲਓ ਤੁਹਾਡੇ ਸਾਹਮਣੇ, ਮਿਹਨਤ ਕਰਦੀਆਂ ਨੇ ਮਾਸ਼ਾਅੱਲਾ। ਪੈਟਰੋਲ ਪਵਾ ਕੇ ਨਿਕਲਦੇ ਹਾਂ ਇਨਸ਼ਾਅੱਲਾ। ਮੂਸਾ ਜਵੰਦੀ ਸੁਯੋ ਹੋਰ ਹੋ ਸਕਦੀ ਸਿੰਘਾ ਵੀ ਮੇਠਾਨੋ ਮੇਠਾਨੋ ਲੇਡੇ ਲੇ ਮੇਠਾਨੋ ਲੇ ਹਾਂ, ਯਾਨੀ ਮੋਜਾ ਲੇਤੇ ਕਮਾਤਾ 10 ਪੀਸ 10 ਪੀਸ 10 10 10 ਕੋਮੀ ਕੇਲੇ ਲੈ ਲਈਏ। ਮੈਂ ਕਿਹਾ ਇੱਥੋਂ ਕੇਲੇ ਖਾ ਲਈਏ 10 ਪੀਸ, ਵੇਖੋ ਕਿੰਨੇ ਦੇ ਦਿੰਦੇ ਨੇ। ਚੱਗੋ ਅੰਸੂਰੀ ਚੱਗੋ ਵਿਜ਼ੂਰੀ ਬਾਨਾ ਚੱਗੋ ਵਿਜ਼ੂਰੀ ਹਾਂ ਚੱਗੋ ਅੰਸੂਰੀ ਕੂਮੀ 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 5 5 ਨਜ਼ਾਰਾ ਯਾਰ, ਚਾਰ ਫੇਰੇ, ਦਰਖਤ ਹੀ ਦਰਖਤ, ਬਾਗ ਹੀ ਬਾਗ, ਜੰਗਲ ਹੀ ਜੰਗਲ। ਵਿਜ਼ੂਰੀਓ ਸ਼ਾਂਭਾ ਮਾਸ਼ਾਅੱਲਾ। ਬਾਰਿਸ਼ ਸ਼ੁਰੂ ਹੋ ਗਈ ਜੀ, ਬਾਰਿਸ਼ ਵਕਫੇ ਵਕਫੇ ਨਾਲ ਬਾਰਿਸ਼ ਹੋ ਰਹੀ ਹੈ ਮਾਸ਼ਾਅੱਲਾ। ਬਹੁਤ ਬਾਰਿਸ਼ ਹੋ ਰਹੀ, ਬਹੁਤ ਤੇਜ਼, ਬਹੁਤ ਹੀ ਤੇਜ਼ ਬਾਰਿਸ਼ ਹੋ ਰਹੀ ਹੈ ਜੀ। ਅਲਹਮਦੁਲਿਲਾ ਪਹੁੰਚ ਗਏ ਜਿੱਥੇ ਆਪਾਂ ਪਹੁੰਚਣਾ ਸੀ। ਵੇਖ ਲਓ ਪੇਂਟਿੰਗ ਹੋਈ ਪਈ। ਇੱਥੇ ਸਾਡਾ ਯਾਰ ਹੈ ਅਹਿਮਦ, ਉਹਨੂੰ ਕਰਦੇ ਹਾਂ ਕਾਲ, ਮਿਲਦੇ ਹਾਂ। ਸਮੁੰਦਰ 'ਤੇ ਬੜਾ ਮਾਹੌਲ ਹੈ ਇਨਸ਼ਾਅੱਲਾ। ਅੱਲਾ ਖੈਰ ਕੇ ਵੇਖਦੇ, ਇੱਥੇ ਹੀ ਹੋਣਾ ਕਿਤੇ ਨਾ ਕਿਤੇ, ਫਿਰਦਾ ਹੋਣਾ। ਮਿਲਦਾ ਵੀ ਹੈ ਕਿ ਨਹੀਂ ਮਿਲਦਾ, ਮਿਲ ਜਾਏਗਾ, ਉਮੀਦ ਤਾਂ ਬੜੀ ਹੈ, ਇੱਥੇ ਹੀ ਹੋਣਾ ਕਿਤੇ ਨਾ ਕਿਤੇ। ਬਾਕੀ ਰਾਬਤਾ ਉਹਦੇ ਨਾਲ ਕਰਦੇ ਹਾਂ, ਅੱਲਾ ਖੈਰ ਰੱਖੇ। ਮੇਨ ਏਰੀਆ, ਮੇਨ ਜਗ੍ਹਾ ਜਿੱਥੇ ਪਹੁੰਚਣਾ ਸੀ ਉੱਥੇ ਆਪਾਂ ਪਹੁੰਚ ਗਏ ਹਾਂ, ਅੱਲਾ ਖੈਰ ਰੱਖੇ। ਮਾਸ਼ਾਅੱਲਾ ਮਾਸ਼ਾਅੱਲਾ ਅਹਿਮਦ ਹੈ, ਇਹ ਮੇਰੇ ਅਰਬਾਬ ਦਾ ਬੱਚਾ ਹੈ ਜੀ, ਸਮੁੰਦਰ ਸ਼ੇਖ ਸ਼ੇਖ ਬੀਚ ਈਸਾ ਮੁਹੰਮਦ ਰਾਸ਼ ਨਭਾਨੇ ਚੀਕੂ ਹੈ ਚੀਕੂ ਕੇ ਬਲਾਲ ਜ਼ੈਨ ਕੇਫ ਸ਼ੁਗਲ ਬਰਾਬਰ ਹੈ ਅਲਹਮਦੁਲਿਲਾ ਅਲਯੋ ਮਤਰ ਜ਼ਿਆਦਾ ਵਰ ਰਹਾ ਹੈ ਮੇਰਾ ਯਾਰ ਹੈ ਜੀ ਇਹ ਛੋਟੇ ਛੋਟੇ ਬੱਚੇ ਸੀ ਜਦੋਂ ਇਹਨਾਂ ਅਵਲ ਕਹਿਣਾ ਨਾ ਵੱਧੀ ਸਕੂਲ ਦਾ ਅਵਲ ਕਹਿਣ ਸਮੋਲ ਅਲੇਨ ਮਾਸ਼ਾਅੱਲਾ ਸ਼ਬਾਬ ਹੈ ਮਾਫੀ ਅਰਬਾਬ ਬਾਬਾ ਨਾ ਜ਼ੈਨ ਵਰਦਾ ਵੇਖ ਨਾਲ ਮਲੰਗ ਫਿਰਦੇ ਇਹ ਮਲੰਗ ਇੱਥੇ ਸਕਿਉਰਟੀ ਗਾਰਡ ਨੇ ਇਹ ਸਕਿਉਰਟੀ ਗਾਰਡ ਨੇ ਇੱਥੇ ਦਰਵਾਜ਼ਿਆਂ ਕੇ ਬੈਠੇ ਹੁੰਦੇ ਬਾਂਬੋ ਲਓ ਜੀ ਪਹੁੰਚ ਆਏ ਆਪਾਂ ਚੈੱਕ ਕਰ ਲਓ ਮਾਹੌਲ ਤੁਸੀਂ ਹਲਾ ਫਲੈਸ਼ ਹੋਣ ਜਾਣੀ ਜ਼ੇਨ ਹੀ ਜੀ ਬਰਾਬਰ ਇਹ ਜਗ੍ਹਾ 'ਤੇ ਬਾਬਾ ਜੀ ਇਹ ਸਾਡਾ ਅਹਿਮਦ ਭਾਈ ਇਹਦੇ ਕੰਮ ਕਰ ਰਿਹਾ ਹੈ ਜ਼ਾਂਜ਼ਿਬਾ ਹੈ ਬੜਾ ਮਾਹੌਲ ਹੈ ਯਾਰ ਇੱਥੇ
Matata. Hakuna matata. Nauza viatu eh? Kero baba. Inatokea wapi huyu? Inashuka wapi? Hapa? Bade badal ban gaye ne yaar, bahut mausam kharab ho gaya. Check karo. ਆ ਗਏ ਥੱਲੇ ਵੀ ਗੋਰੀਆਂ ਤੇ ਨਸੀਆਂ ਫੇਰਦੀਆਂ ਨੇ ਤੇ ਵਸਲ ਹਬੀਬ ਹਲਾ ਵੱਲਾ ਜੀ ਬਾਰਿਸ਼ ਸ਼ੁਰੂ ਹੋ ਗਈ ਬਹੁਤ ਜ਼ਿਆਦਾ ਬਹੁਤ ਹੀ ਜ਼ਿਆਦਾ ਬਾਰਿਸ਼ ਸ਼ੁਰੂ ਹੋ ਗਈ ਦੇਖੋ ਹੁਣ ਕੀ ਬਣਦਾ ਅੱਲਾ ਖੈਰ ਰੱਖੇ ਅਹਿਮਦ ਸਾਹਿਬ ਬੈਠੇ ਨੇ ਰੇਨ ਬਾਰਿਸ਼ ਬਾਰਿਸ਼ ਜ਼ਿਆਦਾ ਜੀ ਅਲਹਮਦੁਲਿਲਾ ਪਲਾਉ ਆ ਗਿਆ ਨਾਲ ਮੂੰਹ ਆਦਾ ਟੰਗਾਵੀਜ਼ੀ ਹੈ ਸ਼ੁਕਰਨ ਅਹਿਮਦ ਸ਼ੁਕਰਨ ਬਿਲਆਫੀਆ ਪਲਾਉ ਪਲਾਉ ਹੁਣ ਖਾਣ ਲੱਗੇ ਹਾਂ ਖਾ ਕੇ ਤੇ ਇਨਸ਼ਾਅੱਲਾ ਮਿਲਦੇ ਹਾਂ ਤੁਹਾਨੂੰ ਚਿਕਨ ਦਾ ਪੀਸ ਨਾਲ ਪਲਾਉ ਤੇ ਨਾਲ ਇਹ ਰਾਇਤਾ ਹੈ ਚਲੋ ਅੱਲਾ ਹਾਏ ਥੈਂਕ ਯੂ ਅਤੇ ਗੋਰੇ ਵੀ ਆ ਰਹੇ ਨੇ ਇੱਥੋਂ ਖਾਣੇ ਨਹੀਂ ਵੀ ਖਾਣ ਨੇ ਆ ਰਹੇ ਅਸੀਂ ਵੀ ਟਾਂਗਾ ਵੀ ਪਤਾ ਨਹੀਂ ਕੀ ਚੀਜ਼ ਇਹਨੂੰ ਪੀ ਕੇ ਤੁਹਾਨੂੰ ਵਿਖਾਉਂਦੇ ਹਾਂ ਬਿਸਮਿਲ੍ਲਾ ਜ਼ੈਨ ਅਹਿਮਦ ਜ਼ੈਨ ਆ ਰਹਾ ਵਾਲਾ ਜ਼ੈਨ ਹੈਲੋ ਅਦਾ ਲਹਮ ਹੁਆ ਗੁਲ ਲਹਮ ਮਲ ਲਹਮ ਮਲ ਮੂਜ਼ੀ ਯਾਨੀ ਯਾਮਾ ਵਰੀ ਯਾਮਾ ਮੀਟ ਮੀਟ ਹੈ ਯਾਮਾ ਯਾਮਾ ਮੇ ਇਟਸ ਨੋ ਮੀਟ ਆਈ ਥਿੰਕ ਇਟਸ Okay, yes. I want to take typical African food. Yeah, this is the best one. Like, this is what I prefer. Oh, you mean chicken with rice? With rice and some curry. Curry, yeah. Spicy. Yeah, it's a little bit, not spicy. Not spicy. It's almost like spicy, but it's not spicy. Ah, yeah. Okay. Okay, thank you. Fish no here, no? ਯਾਰ ਖਾਣਾ ਤੇ ਅਸੀਂ ਖਾਇਆ ਸੀ ਚੈੱਕ ਕਰੋ ਹੋਟਲ ਵੇਖੋ ਕਿੱਦਾਂ ਦੇ ਬਣਾਏ ਹੋਏ ਨੇ ਉਹਨਾਂ ਨੇ ਆਹ ਖਜੂਰਾਂ ਦੇ ਪੱਤਿਆਂ ਨਾਲ ਹੈ VIP ਮਾਹੌਲ ਚੈੱਕ ਕਰੋ ਮੈਂ ਕਿਹਾ ਤੁਹਾਨੂੰ ਹਰ ਇੱਕ ਚੀਜ਼ ਸ਼ੇਅਰ ਕਰੀਏ ਇੱਥੇ ਵਿਜ਼ਿਟ ਕਰਨਾ ਉਹ ਬੜਾ ਮਾਹੌਲ ਤੁਹਾਨੂੰ ਮਿਲੇਗਾ ਇੱਥੇ ਵੇਖਣ ਨੂੰ ਹਾਂ ਤਾਂ ਸ਼ੇਖ ਮੌਜੂਦ ਮਾਫੀ ਮੁਸ਼ਕਲ ਕਿਆ ਬਾਬਾ ਜੀ ਕਮਾਲ ਹੈ ਸ਼ਕਲ ਯਾਨੀ ਨਹੀਂ ਚੈੱਕ ਕਰੋ ਉਸਤਾਦ ਖੰਭ ਲੱਗੇ ਹੋਏ ਨੇ ਉੱਤੇ ਹੈਂਡਮੇਡ ਹੈ ਇਹ ਹੱਥ ਨਾਲ ਬਣੇ ਹੋਏ ਨੇ ਜੀ ਹਰ ਚੀਜ਼ ਜੀ ਹੁਣ ਚੱਲੇ ਹਾਂ ਆਪਾਂ ਅੰਦਰ ਜੈਸਕੀ ਤੇ ਬਹਿਣ ਲੱਗੇ ਹਾਂ ਅਹਿਮਦ ਦੇ ਨਾਲ ਚੱਲਾਂ ਵਾਂ ਇਹ ਮੇਰੇ ਰਬਾਬ ਦਾ ਬੱਚਾ ਹੈ ਇਹਦੇ ਨਾਲ ਚੱਲੇ ਹਾਂ ਅੱਲਾ ਖੈਰ ਰੱਖੇ ਅਤੇ ਜਾ ਕੇ ਨਾ ਚੈੱਕ ਕਰਦੇ ਹਾਂ ਪਹਿਲੇ ਤਾਂ ਇਹ ਚਲਾਏਗਾ ਖੁਦ ਬਾਅਦ 'ਚ ਮੈਂ ਬਾਅਦ 'ਚ ਮੈਂ ਚਲਾਵਾਂਗਾ ਪਹਿਲੇ ਇਹ ਚਲਾਏਗਾ ਬਾਅਦ 'ਚ ਮੈਂ ਚਲਾਵਾਂਗਾ ਵੇਖਿਆ ਨਾ ਦੁਨੀਆ ਚੱਲੀ ਉੱਧਰ ਨੂੰ ਸਾਰੀ ਦੁਨੀਆ ਇੰਜੋਏ ਕਰ ਰਹੀ ਹੈ ਯਾਰ ਇੱਥੇ ਆਓ ਵਿਜ਼ਿਟ 'ਤੇ ਜਿਨ੍ਹਾਂ ਨੇ ਘੁੰਮਣ ਫਿਰਨ ਵਾਸਤੇ ਉਹਨਾਂ ਯਕੀਨ ਕਰੋ ਬਿਲਕੁਲ VIP ਜਗ੍ਹਾ ਬਿਲਕੁਲ VIP ਜਗ੍ਹਾ ਟ੍ਰਾਂਜ਼ਿਟ
ਲੇਕਿਨ ਆਣਾ ਕੇ ਕਿਨ ਮੇਰਾ ਕੱਚ ਜੰਬਾ ਹੋਇਓ ਇਨਕਾ ਵੀ ਦਿਓ ਕੁਝ ਉਸੇ ਵੀ ਰੁੜ ਜੂ ਮੈਂ ਲੋ ਜੀ ਬਹਿਣ ਲੱਗੇ ਸੀ ਇਹਦੇ ਤੇ ਬਸ ਚਲ ਅਹਿਮਦ ਸ਼ਬਾਬ ਸ਼ਬਾਬ ਯਾ ਸ਼ਬਾਬ ਜਾਹਿਜ਼ ਵੱਲਾ ਸ਼ੋਇ ਸ਼ੋਇ ਨਾ ਮਾਫੀ ਮਾ ਅਨਾ ਮਾਫੀ ਮਾ ਹੈ ਅਨਾ ਮਾਫੀ ਮਾਲੂਮ ਹੈ یعنی اول مرة انا اجلس انا خبر اول لازم شويه شويه انا اجلس قدام لا انا كيف ترتيب يمسك مني عادي يمسك عادي لا لازم يمسك بابا هاي فان نايف كيف جاز لازم شويه شويه حبيبي ਚਲੋ ਇਹ ਹੁੰਦਾ ਜ਼ਬਾਨ ਦਾ ਫਾਇਦਾ $200 ਲੈਂਦੇ ਨੇ ਘੰਟੇ ਦੇ ਓਏ 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 هوتيل جديد على من كبير هوتيل بعدين هذا مكان كله يجي بزنس عشان جيت سكي مشان كل شيء ما شاء الله زين قاضي بڑا پرفیکٹ ماحول ہے رزق ها لا لا انا روح بعدين لا اوكي اوه بيبي لا 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 سيب ਯਕੀਨ ਕਰੋ ਜ਼ਿੰਦਗੀ 'ਚ ਪਹਿਲੀ ਵਾਰੀ ਚਲਾਈ ਪਰ ਚੱਸ ਆ ਗਈ ਕਸਮੇ ਅੱਲਾ ਦੇ ਪਹਿਲੇ ਮੈਂ ਉਹਦੇ ਮਗਰ ਬੈਠਾ ਸੀ ਅਹਿਮਦ 'ਤੇ ਬਾਅਦ 'ਚ ਮੈਂ ਉਹਦੇ ਵੱਲ ਚੈੱਕ ਕੀਤੀ ਚੈੱਕ ਕਰਕੇ ਮੈਂ ਵੇਖਿਆ ਸੋਚਿਆ ਵੀ ਕਿੱਦਾਂ ਚੱਲਦੀ ਕਿੱਦਾਂ ਨਹੀਂ ਚੱਲਦੀ ਪੂਰਾ ਧਿਆਨ ਕੀਤਾ ਬਾਅਦ 'ਚ ਬਾਬਾ ਜੀ ਨਾ ਲੰਬ ਕੱਢ ਦਿੱਤੀ ਆਪਾਂ ਚੈੱਕ ਕਰੋ ਕਿੱਦਾਂ ਗੋਲ ਚੱਕਰ ਲਾਏ ਠੀਕ ਹੈ ਨਾ ਮੈਂ ਕਹਿੰਦਾ ਵੀ ਚੱਸ ਆ ਗਈ ਯਾਰ ਬਹੁਤ ਹੀ ਪਿਆਰਾ ਮੁਲਕ ਯਾਰ ਜ਼ਿੰਗਬਾਰ ਯਕੀਨ ਕਰੋ ਮੈਂ ਤਾਂ ਪਤਾ ਨਹੀਂ ਕਿਹੜੀ ਭੁੱਲ 'ਚ ਰਿਹਾ ਵਾਂ ਵੀ ਪਤਾ ਨਹੀਂ ਕੀ ਹੋਏਗਾ ਕੀ ਨਹੀਂ ਹਾਂ ਇੱਥੇ ਵੀਜ਼ਾ ਬਿਲਕੁਲ ਲੈਣਾ ਆਸਾਨ ਹੈ ਪਾਕਿਸਤਾਨੀ ਨੂੰ ਤਾਂ ਬਿਲਕੁਲ ਵਿਜ਼ਿਟ ਵੀਜ਼ਾ ਲੈਣਾ ਆਸਾਨ ਹੈ ਠੀਕ ਹੈ ਖੁਦ ਅਪਲਾਈ ਕਰੋ ਆਰਾਮ ਨਾਲ ਵੀਜ਼ਾ ਲਓ ਅੱਲਾ ਖੈਰ ਸੱਲਾ ਠੀਕ ਹੈ ਨਾ ਮੈਂ ਯਕੀਨ ਵੇਖੋ ਇਹ ਮੇਰਾ ਦੋਸਤ ਅਹਿਮਦ ਇਹ ਛੋਟਾ ਜਿਹਾ ਬੱਚਾ ਸੀ ਜਦੋਂ ਮੈਂ ਓਮਾਨ ਆਇਆ ਸੀ ਇਹ ਬੱਚਾ ਸੀ ਬਿਲਕੁਲ ਇਹਨੂੰ ਮੈਂ ਖੁਦ ਆਪਣੇ ਹੱਥੀਂ ਸਕੂਲ ਭੇਜਦਾ ਰਿਹਾ ਸਾਰਿਆਂ ਨੂੰ ਯਾਨੀ ਮੈਂ ਲੈ ਕੇ ਜਾਂਦਾ ਸੀ ਮਾਸ਼ਾਅੱਲਾ 3-4 ਭਰਾ ਨੇ ਨਾ ਸਾਰਿਆਂ ਨੂੰ ਸਕੂਲ ਲੈ ਕੇ ਜਾਂਦਾ ਸੀ ਲੈ ਕੇ ਆਉਂਦਾ ਸੀ ਇਹਨਾਂ ਨੂੰ ਮਦਰੱਸੇ ਵੀ ਭੇਜਦਾ ਸੀ ਕੁਰਾਨ ਮਜੀਦ ਵਾਲੇ ਵੀ ਅਤੇ ਟਿਊਸ਼ਨ ਵੀ ਹਰ ਜਗ੍ਹਾ 'ਤੇ ਇਹਨਾਂ ਨੂੰ ਮੈਂ ਭੇਜ ਕੇ ਜਾਂ ਛੱਡ ਕੇ ਆਉਂਦਾ ਸੀ ਅਰਬਾਬ ਦੀ ਡਿਊਟੀ ਲਾਈ ਸੀ ਨਾ ਮੇਰੀ ਅਤੇ ਮਾਸ਼ਾਅੱਲਾ ਬੜਾ ਜਿਹਾ ਪਿਆਰ ਮੁਹੱਬਤ ਇਹਨਾਂ ਨਾਲ ਅਤੇ ਅੱਜ ਵੇਖ ਲਾ ਉਹਨੇ ਮੇਰਾ ਵੈਲਕਮ ਕੀਤਾ ਦਿਲ ਖੁਸ਼ ਹੋ ਗਿਆ ਯਕੀਨ ਕਰੋ ਵੇਖੋ ਕਿੰਨਾ ਪਿਆਰਾ ਵਿਊ ਹੈ
ਯਕੀਨ ਕਰੋ ਇੱਕ ਰੁਪਇਆ ਨਹੀਂ ਲਿਆ, ਖਾਣਾ ਖਿਲਾਇਆ ਮੈਨੂੰ, ਯਾਨੀ ਬੜੀ ਖਿਦਮਤ ਕੀਤੀ ਯਾਰ ਇਹਨਾਂ ਨੇ, ਅੱਲਾ ਪਾਕ ਇਹਨਾਂ ਨੂੰ ਖੁਸ਼ ਰੱਖੇ ਜੀ। ਅਲਹਮਦੁਲਿਲਾ ਆ ਗਏ, ਸ਼ੁਕਰਾਂ ਜੀ, ਬਹੁਤ ਸ਼ੁਕਰ ਨਾ, ਆਸਾਨ ਤੇ ਆਸਾਨ ਆ, ਅਲਹਮਦੁਲਿਲਾ ਜੈਕਟ ਹੀ ਹੈ ਜੈਕਟ, ਅਲਹਮਦੁਲਿਲਾ ਜੀ, ਚੰਗਾ ਇੰਜੋਏ ਕੀਤਾ ਬਾਬਾ ਜੀ, ਚੈੱਕ ਕਰ ਲਓ ਮਾਹੌਲ ਸਾਰੇ ਚੰਗੀ ਤਰ੍ਹਾਂ, ਡਰੋਨ ਹੈ, ਥੈਂਕ ਯੂ ਯਾ ਸ਼ੇਰ। ਚੈੱਕ ਕਰੋ ਇਹਨਾਂ ਦੇ ਕੰਮ ਯਾਰ ਅਫਰੀਕੀਆਂ ਦੇ, ਹੈਂ ਮਾਸ਼ਾਅੱਲਾ, ਉੱਤੇ ਪੈਰਾਸ਼ੂਟ ਵਾਲਾ ਵੀ ਆ ਰਿਹਾ, ਉੱਤੋਂ ਹੈਲੀਕਾਪਟਰ ਦੇ ਜ਼ਰੀਏ ਭੇਜ ਸੱਟਦੇ ਨੇ ਥੱਲੇ ਨੂੰ, ਅਤੇ ਆ ਜਾਂਦਾ ਬੰਦਾ ਥੱਲੇ ਪੈਰਾਸ਼ੂਟ ਦੇ ਜ਼ਰੀਏ। ਅਫਰੀਕੀਆਂ ਦੇ ਕੰਮ ਚੈੱਕ ਕਰੋ ਯਾਰ, ਯਕੀਨ ਕਰੋ, ਇੱਥੇ ਨਾ ਮਿਊਜ਼ਿਕ ਚੱਲ ਰਿਹਾ ਸੀ, ਇਸ ਵਜ੍ਹਾ ਤੋਂ ਨਾ ਕੋਪੀਰਾਈਟ ਆ ਜਾਂਦਾ, ਅਤੇ ਮੈਂ ਇਸ ਵਜ੍ਹਾ ਤੋਂ ਖੁਦ ਯਾਨੀ ਰਿਕਾਰਡਿੰਗ ਕਰ ਰਿਹਾ। ਇਹਨਾਂ ਦੇ ਕੰਮ ਕਰੋ ਯਾਰ, ਅਖੀਰ ਜ਼ਾਲਮ ਇਹਨਾਂ ਦੇ ਕੋਲ, ਇਹਨਾਂ ਕੋਲ ਯਾਰ ਤਰੀਕੇਕਾਰ ਨੇ, ਲੈ ਚੈੱਕ ਕਰੋ ਬੰਦੇ ਦੇ ਉੱਤੇ ਖੜ੍ਹਾ ਹੋ ਗਿਆ, ਦੋਨਾਂ ਸਿਰਾਂ 'ਤੇ ਹੱਥ ਰੱਖ ਕੇ ਨਾ, ਪਰ ਗੋਰੀਆਂ ਵੀ ਇੰਜੋਏ ਕਰ ਰਹੀਆਂ ਨੇ, ਹੈਂ ਚੈੱਕ ਕਰੋ ਇਹਨਾਂ ਦੇ ਕੰਮ ਯਾਰ, ਟੈਕਨੀਕ ਹੈ ਨਾ, ਇੱਕ ਤਜਰਬਾ ਇਹਨਾਂ ਨੂੰ, ਇੱਕ ਇਹਨਾਂ ਦਾ ਕੰਟੈਂਟ ਹੈ ਬਾਬਾ ਜੀ, ਇਹ ਸਾਰਾ ਦਿਨ ਇੱਥੇ ਹੀ ਕੰਮ ਕਰਦੇ ਨੇ, ਆਪਣੀ ਰੋਜ਼ੀ ਕਮਾਉਂਦੇ ਨੇ, ਕੋਈ ਇਹਨਾਂ ਨੂੰ ਟਿਪ ਸ਼ਿਪ ਦੇ ਦਿੰਦੇ ਨੇ, ਯਾਨੀ ਇਹ ਹੁਣ ਇਹ ਦੂਜੇ ਕਾਲੇ ਦੇ ਕੰਮ ਚੈੱਕ ਕਰਿਆ ਜੀ, ਕਰੀ ਜਾਓ ਕੰਮ ਇਹਨਾਂ ਦੇ ਚੈੱਕ, ਹੋ ਸਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ, ਲਾਈਕ ਕਰੋ, ਠੀਕ ਹੈ ਨਾ, ਅਤੇ ਆ ਫੇਕ ਆਈਡੀਆਂ ਤੋਂ ਬਚੋ, ਅਸੀਂ ਕੋਈ ਔਨਲਾਈਨ ਵਗੈਰਾ ਪੈਸੇ ਨਹੀਂ ਮੰਗਵਾਉਂਦੇ, ਮੈਂ ਫਿਰ ਵੀ ਇਹ ਗੱਲ ਕਰ ਰਿਹਾ ਵਾਂ, ਉਹ ਕੋਈ ਔਨਲਾਈਨ ਇੱਕ ਰੁਪਇਆ ਨਹੀਂ ਅਸੀਂ ਮੰਗਵਾਉਂਦੇ, ਬੜੇ ਜਿਹੇ ਲੋਕ ਫੇਕ ਆਈਡੀਆਂ ਤੋਂ ਫਸਦੇ ਪਏ ਨੇ, ਅਤੇ ਮੇਰਾ ਬਾਈ ਬਚੋ ਇਹਨਾਂ ਤੋਂ, ਠੀਕ ਹੈ ਨਾ, ਅਸੀਂ ਕੋਈ ਔਨਲਾਈਨ ਪੈਸੇ ਨਹੀਂ ਮੰਗਵਾਉਂਦੇ, ਬਾਰ ਬਾਰ ਮੈਂ ਗੱਲ ਕਰ ਰਿਹਾ, ਮੇਰਾ ਇੱਕੋ ਹੀ ਨੰਬਰ ਹੈ 00971501486, ਅਹਿਮਦ ਦੇ ਕੰਮ ਵੇਖੋ, ਅਹਿਮਦ ਵੀ ਡਾਂਸ ਕਰ ਰਿਹਾ, ਲੈ ਚੈੱਕ ਕਰੋ ਜੀ, ਬਾਜ਼ੂਆਂ ਦੇ ਉੱਤੇ ਖੜ੍ਹਾ ਹੋ ਗਿਆ, ਬਿਲਕੁਲ ਲੱਤਾਂ ਉਤਾਂਹ ਕਰਕੇ, ਮਾਸ਼ਾਅੱਲਾ ਯਾਰ ਕਿਆ ਟੈਕਨੀਕ ਹੈ ਯਾਰ ਇਹਨਾਂ ਦੀ, ਯਕੀਨ ਕਰੋ ਅਖੀਰ ਹੈ ਗੇਮ ਗੁਮ, ਹਰ ਚੀਜ਼ ਇਹਨਾਂ ਤੋਂ, ਬਹੁਤ ਹੀ ਸ਼ੈਤਾਨ ਵੀ ਨੇ, ਲੈ ਦੇ ਕੰਮ ਵੇਖੋ, ਗੋਰੀਆਂ ਨੂੰ ਜਾ ਰਿਹਾ ਜੰਮ ਮਾਰਦਾ, ਚੈੱਕ ਕਰੋ ਗੋਰੀਆਂ ਕਿਵੇਂ ਇਸਤਕਬਾਲ ਕਰ ਰਹੀਆਂ ਇਹਨਾਂ ਦਾ, ਹੈ ਪੂਰਾ ਬਾਬਾ ਜੀ ਪ੍ਰੋਟੋਕੋਲ ਦਿੱਤਾ ਇਹਨਾਂ ਨੇ ਗੋਰੀਆਂ ਨੂੰ ਵੀ, ਅਤੇ ਆਪ ਵੀ ਸਾਨੂੰ ਵੀ ਇਹਨਾਂ ਨੇ ਪ੍ਰੋਟੋਕੋਲ ਭਾਈ ਸਹੀ ਦਿੱਤਾ, ਏਅਰਪੋਰਟ 'ਤੇ ਬੰਦਾ ਲੈਣ ਆਇਆ, ਅਹਿਮਦ ਨੇ ਬੜੀ ਨਾਸਰ ਯਾਰ, ਨਾਸਰ ਨੇ ਬਹੁਤ ਯਾਨੀ ਖਿਦਮਤ ਕੀਤੀ, ਫਰਾਇਆ ਟਰਾਇਆ ਮੈਨੂੰ, ਕੱਲ੍ਹ ਵਾਲਾ ਵਲੋਗ ਤੁਸੀਂ ਵੇਖਿਆ ਹੋਣਾ, ਅੱਜ ਅਹਿਮਦ ਨੇ ਬਾਬਾ ਜੀ ਸਾਰਾ ਦਿਨ ਇਹਦੇ ਕੋਲ ਰਿਹਾ, ਇੰਜੋਏ, ਜੂਸ ਵਗੈਰਾ, ਖਾਣਾ ਵਾਣਾ ਸਭ ਕੁਛ, ਅਲਹਮਦੁਲਿਲਾ, ਠੀਕ ਹੈ ਨਾ, ਇਹਦੇ ਕੰਮ ਚੈੱਕ ਕਰੋ ਕਿੱਥੇ ਖੜ੍ਹਾ ਹੋ ਗਿਆ, ਬੜੀਆਂ ਟੈਕਨੀਕਾਂ ਨੇ ਇਹਦਾ ਕੋਲ, ਅਹਿਮਦ ਲੁੱਕ ਲੁੱਕ ਕੇ ਵੇਖ ਰਿਹਾ, ਇਹ ਅਹਿਮਦ ਛੋਟਾ ਜਿਹਾ ਬੱਚਾ ਸੀ ਅਤੇ ਅਲਹਮਦੁਲਿਲਾ ਹੁਣ ਜਵਾਨ ਹੋ ਗਿਆ, ਆਪਣੀ ਰੋਜ਼ੀ ਕਮਾ ਰਿਹਾ, ਅੱਲਾ ਪਾਕ ਚਲੋ ਬਰਕਤ ਪਾਏ, ਮੇਰੇ ਕੋਲ ਮੋਬਾਈਲ ਫੜ ਲਿਆ ਉਹਨੇ, ਮੈਨੂੰ ਕਹਿੰਦਾ ਤੂੰ ਸਾਹਮਣੇ ਤੇਰੀ ਵੀਡੀਓ ਬਣਾਉਣਾ, ਜਾ ਤੂੰ ਵੀ ਕਰ ਜਾ ਕੇ ਡਾਂਸ ਡੂੰਸ, ਮੈਂ ਕਿਹਾ ਨਹੀਂ ਮੈਨੂੰ ਨਹੀਂ ਡਾਂਸ ਡੂੰਸ ਕਰਨਾ ਆਉਂਦਾ ਭਾਈ, ਨਾ ਮੈਂ ਕਦੀ ਕੀਤਾ, ਠੀਕ ਹੈ ਨਾ, ਅਤੇ ਮੈਂ ਇਹਨਾਂ ਨੂੰ ਵੇਖ ਸਕਦਾ, ਇੰਜੋਏ ਕਰ ਸਕਦਾ, ਬਾਕੀ ਮੈਂ ਡਾਂਸ ਡੂੰਸ ਨਹੀਂ, ਮੈਂ ਕਿਹਾ ਮੈਨੂੰ ਆਉਂਦਾ, ਇਹ ਕਾਲੇ ਦੇ ਕੰਮ ਵੇਖਿਆ ਜੀ, ਹੁਣ ਚੈੱਕ ਕਰਿਆ ਜੀ ਕਾਲੇ ਦੇ ਕੰਮ, ਯਕੀਨ ਕਰੋ ਹੈ ਬਿਲਕੁਲ ਉਹ ਉੱਤੇ, ਇਹਦੇ ਉੱਤੇ ਇੱਕ ਹੋਰ ਬੰਦਾ ਜਾਏਗਾ ਮੇਰੇ ਹਿਸਾਬ 'ਚ, ਵੇਖੋ ਕੀ ਕਰਦੇ ਨੇ, ਇਹ ਦੋ ਜਾਣੇ ਨੇ ਸੱਚ, ਦੋ ਯਾਰ ਮੈਨੂੰ ਪਤਾ ਹੀ ਨਹੀਂ, ਦੋ ਜਾਣੇ ਨੇ ਇਹਦੇ ਉੱਤੇ, ਇਹ ਇਹ ਵੇਖੋ ਇਹ ਇਹਦੇ ਉੱਤੇ ਚਲਾ ਗਿਆ, ਇਹ ਇਹ ਹੁਣ ਇੱਕ ਹੋਰ ਉੱਤੇ ਜਾਏਗਾ, ਤੁਹਾਡੀ ਖੈਰ ਮਾਸ਼ਾਅੱਲਾ, ਉਦੋਂ ਉੱਤੇ ਖੜ੍ਹਾ ਹੋਏਗਾ ਜਾ ਕੇ, ਵੇਖੀ ਜਾਓ ਤੁਸੀਂ ਕਰਦੇ ਕੀ ਨੇ, ਮੈਂ ਕਹਿੰਦਾ ਲੰਬ ਨਹੀਂ ਕੱਢ ਦਿੱਤੀ ਇਹਨਾਂ ਨੇ, ਇਹ ਵੇਖੀ ਹੁਣ ਖੜ੍ਹਾ ਹੋਏਗਾ, ਇਹ ਅਹਿਮਦ ਵੀ ਕੈਮਰਾ ਨੇੜੇ ਲੈ ਕੇ ਆ, ਲੈ ਚੈੱਕ ਕਰੋ ਤੁਸੀਂ ਯਾਰ ਕੰਮ ਇਹਨਾਂ ਦੇ, ਚੈੱਕ ਕਰੋ ਟੈਕਨੀਕ ਤਾਂ ਹੈ ਨਾ ਯਾਰ, ਕਲੈਪਿੰਗ ਬਣਦੀ ਹੈ ਬਾਬਾ ਜੀ, ਕਲੈਪਿੰਗ ਬਣਦੀ ਹੈ ਲਾਜ਼ਮੀ, ਹੁਣ ਉੱਤੋਂ ਛਾਲ ਮਾਰ ਦੇਗਾ ਥੱਲੇ, ਕਿਉਂਕਿ ਵੀ ਬੜੀ ਬੜੀ ਗੱਲ ਹੈ ਯਾਰ, ਇੰਨਾ ਟਾਈਮ ਰੁਕਣਾ, ਉਹ ਵੀ ਇੰਨੀ ਉੱਚੀ ਚੜ੍ਹਾਈ 'ਤੇ, ਬੰਦੇ 'ਤੇ ਬੰਦਾ, ਫਿਰ ਬੰਦਾ, ਫਿਰ ਉੱਤੇ ਬੰਦਾ, ਅਤੇ ਫਿਰ ਉੱਤੇ ਐਂਡ 'ਤੇ ਬੰਦਾ, ਚੈੱਕ ਕਰੋ
ਜੀ ਅਲਹਮਦੁਲਿਲਾ ਰੈਡੀ ਹੋ ਗਿਆ, ਹੁਣ ਚੱਲੇ ਹਾਂ ਵਾਪਸ, ਚੱਲਦੇ ਹਾਂ ਇਨਸ਼ਾਅੱਲਾ। ਰੂਮ 'ਚ ਪਹੁੰਚ ਕੇ ਥੱਕ ਗਏ ਬਹੁਤ ਜ਼ਿਆਦਾ, ਬਹੁਤ ਇੰਜੋਏ ਕੀਤਾ। ਇਨਸ਼ਾਅੱਲਾ ਵਾਪਸ ਪਹੁੰਚ ਕੇ ਇਨਸ਼ਾਅੱਲਾ ਮਿਲਦੇ ਹਾਂ ਤੁਹਾਨੂੰ ਜਿੱਥੇ ਆਪਣਾ ਰੂਮ ਹੈ। ਅੱਲਾ ਖੈਰ ਰੱਖੇ। ਅਹਿਮਦ ਵੀ ਨਾਲ ਜਾ ਰਿਹਾ, ਕਿਉਂਕਿ ਅਹਿਮਦ ਨੇ ਜਾ ਕੇ ਨਾ ਕੋਈ ਸਮਾਨ ਵਗੈਰਾ ਲੈਣਾ, ਟੀ ਸ਼ਰਟ ਵਗੈਰਾ ਲੈਣੀ ਆਪਣੇ ਭਾਈ ਵਾਸਤੇ, ਅਤੇ ਇਨਸ਼ਾਅੱਲਾ ਚੱਲਦੇ ਹਾਂ। ਅੱਲਾ ਖੈਰ ਰੱਖੇ। ਹਾਂ ਅਹਿਮਦ ਜੀ, ਅਲਹਮਦੁਲਿਲਾ ਅਹਿਮਦ ਆਇਆ ਸੀ ਮੇਰੇ ਨਾਲ, ਤੇ ਹੁਣ ਚੱਲਾ ਵਾਪਸ। ਮਰਾਤਾਨੀ ਇਨਸ਼ਾਅੱਲਾ ਵੀਰ ਜੀ, ਹੈਂ ਚੱਲਾ ਮੈਨੂੰ ਛੱਡ ਕੇ ਇੱਥੇ ਹੁਣ ਵਾਪਸ, ਇਧਰ ਹੈ ਮੁਸ਼ਕਿਲ ਨਹੀਂ ਹੈ। ਓਕੇ ਸਾਹਿਬ, ਹੈ ਇਨਸ਼ਾਅੱਲਾ ਖੈਰ ਹੀ ਜਾਊਂਗਾ ਇਨਸ਼ਾਅੱਲਾ। ਇਹ ਬੋਰਾ ਵੇਖਾਂ ਬੇ ਲੰਮੀ ਮਿਸਹਾਉ ਬਾਤ ਹੈ। ਓਕੇ ਸ਼ੁਕਰਾਨ ਹੈ। ਹਾਂ ਹਾਂ ਓਕੇ ਓਕੇ ਸ਼ੁਕਰ ਜਲਦੀ ਰੁਕਾ। ਹੋਏ 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 ਹੋਏ, ਥੱਕ ਗਏ ਯਕੀਨ ਕਰੋ, ਅੱਜ ਬੜਾ ਟੁਰੇ ਫਿਰੇ ਹਾਂ ਯਾਰ, ਬੜਾ ਇੰਜੋਏ ਕੀਤਾ। ਅਗਰ ਤੁਹਾਨੂੰ ਸਾਡਾ ਵਲੌਗ ਚੰਗਾ ਲੱਗਿਆ ਨਾ, ਲਾਈਕ ਕਰੋ, ਸ਼ੇਅਰ ਕਰੋ, ਬੈੱਲ ਆਈਕੋਨ ਪ੍ਰੈਸ ਕਰੋ, ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰੋ। ਅਗਰ ਤੁਹਾਨੂੰ ਵੀਡੀਓ ਸਾਡੀ ਚੰਗੀ ਲੱਗੀ ਹੈ ਤਾਂ ਬਾਬਾ ਜੀ ਲਾਈਕ ਸ਼ੇਅਰ ਕਰ ਦਿਓ, ਠੀਕ ਹੈ। ਮਿਲਦੇ ਹਾਂ ਇਨਸ਼ਾਅੱਲਾ ਨੈਕਸਟ ਵਲੌਗ ਨਾਲ, ਸਾਨੂੰ ਦਿਓ ਇਜਾਜ਼ਤ, ਅੱਲਾ ਹਾਫਿਜ਼।